ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਬੀਕੇ ਨਿਟਿੰਗ ਡਿਜ਼ਾਈਨ 'ਚ ਤੁਹਾਡਾ ਸਵਾਗਤ ਹੈ। ਫਰੈਂਡਸ, ਜਿਹੜਾ ਡਿਜ਼ਾਈਨ ਅੱਜ ਆਪਾਂ ਬਣਾਵਾਂਗੇ, ਇਹ ਡਿਜ਼ਾਈਨ ਤੁਸੀਂ ਆਪਣੀ ਕੋਟੀ, ਜੈਕਟ, ਬੱਚੇ ਦੇ ਸਵੈਟਰ, ਜੈਂਟ ਸਵੈਟਰ ਕਿਸੇ 'ਤੇ ਵੀ ਇਹਨੂੰ ਅਪਲਾਈ ਕਰ ਸਕਦੇ ਹੋ। ਬਹੁਤ ਆਸਾਨ ਡਿਜ਼ਾਈਨ ਹੈ ਫਰੈਂਡਸ ਇਹ ਬਣਾਉਣ ਵਿੱਚ। ਇਹ ਡਿਜ਼ਾਈਨ ਨੂੰ ਬਣਾਉਣ ਲਈ ਸਾਨੂੰ ਚਾਰ ਚਾਰ ਦੇ ਹਿਸਾਬ ਨਾਲ ਕੁੰਡੇ ਲੈਣੇ ਹੈ ਅਤੇ ਚਾਰ ਸਿਲਾਈਆਂ ਦੇ ਫਰੈਂਡਸ ਆਪਣਾ ਇਹ ਡਿਜ਼ਾਈਨ ਹੈ। ਫਰੈਂਡਸ, ਚਲੋ ਆਪਾਂ ਡਿਜ਼ਾਈਨ ਨੂੰ ਹੁਣ ਬਣਾਉਣਾ ਸ਼ੁਰੂ ਕਰਦੇ ਹਾਂ। ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲੈਣਾ, ਬੈਲ ਆਈਕਨ ਦਾ ਬਟਨ ਵੀ ਜ਼ਰੂਰ ਦਬਾਉਣਾ। ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਵੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਕਰਨਾ ਜੀ। ਚਲੋ ਫਰੈਂਡਸ, ਹੁਣ ਆਪਾਂ ਡਿਜ਼ਾਈਨ ਬਣਾਉਂਦੇ ਹਾਂ। ਇਹ ਡਿਜ਼ਾਈਨ ਦੀ ਪਹਿਲੀ ਸਿਲਾਈ ਹੈ। ਪਹਿਲੀ ਸਿਲਾਈ ਫਰੈਂਡਸ ਆਪਾਂ ਪੂਰੀ ਸਿੱਧੀ ਸਿੱਧੀ ਬਣਾ ਕੇ ਕੰਪਲੀਟ ਕਰਨੀ ਹੈ। ਬਹੁਤ ਸੌਖਾ ਡਿਜ਼ਾਈਨ ਹੈ ਫਰੈਂਡਸ, ਇਹ ਡਿਜ਼ਾਈਨ ਨੂੰ ਤੁਸੀਂ ਬੜੀ ਆਸਾਨੀ ਨਾਲ ਬਣਾ ਲਓਗੇ। ਬਣਾਉਣ 'ਚ ਸੌਖਾ ਅਤੇ ਦੇਖਣ ਨੂੰ ਬਹੁਤ ਸੋਹਣਾ ਲੱਗਦਾ ਹੈ ਡਿਜ਼ਾਈਨ। ਡਿਜ਼ਾਈਨ ਦੀ ਪਹਿਲੀ ਸਿਲਾਈ ਪੂਰੀ ਸਿੱਧੀ ਸਿੱਧੀ ਬਣਾ ਕੇ ਕੰਪਲੀਟ ਕਰਨੀ ਹੈ। ਪਹਿਲੀ ਸਿਲਾਈ ਬਣ ਕੇ ਆਪਣੀ ਕੰਪਲੀਟ ਹੈ। ਹੁਣ ਆਪਾਂ ਡਿਜ਼ਾਈਨ ਦੀ ਦੂਸਰੀ ਸਿਲਾਈ 'ਤੇ ਹਾਂ, ਉਲਟੀ ਸਿਲਾਈ 'ਤੇ। ਪਹਿਲਾ ਕੁੰਡਾ ਬਿਨਾਂ ਬੁਣੇ ਉਤਾਰ ਲੈਣਾ। ਉਲਟੀ ਸਿਲਾਈ ਫਰੈਂਡਸ ਪੂਰੀ ਆਪਾਂ ਉਲਟੀ ਉਲਟੀ ਬਣਾ ਕੇ ਕੰਪਲੀਟ ਕਰਨੀ ਹੈ। ਫਰੈਂਡਸ, ਦੋ ਸਿਲਾਈਆਂ 'ਤੇ ਆਪਣਾ ਡਿਜ਼ਾਈਨ ਬਣਨਾ। ਪੂਰੇ ਡਿਜ਼ਾਈਨ 'ਚ ਦੋ ਸਿਲਾਈਆਂ ਸਿੱਧੀ ਉਲਟੀ ਪੈਣੀ ਹੈ। ਬਹੁਤ ਸੌਖਾ ਡਿਜ਼ਾਈਨ ਹੈ। ਦੋ ਸਿਲਾਈਆਂ ਪੂਰੇ ਡਿਜ਼ਾਈਨ 'ਚ ਆਪਾਂ ਸਿੱਧੀ ਉਲਟੀ ਪਾਉਣੀ ਹੈ ਅਤੇ ਦੋ ਸਿਲਾਈਆਂ 'ਤੇ ਆਪਣਾ ਡਿਜ਼ਾਈਨ ਬਣਨਾ। ਹੁਣ ਆਪਾਂ ਸਿੱਧੀ ਸਾਈਡ 'ਤੇ ਹਾਂ। ਹੁਣ ਤੀਸਰੀ ਸਿਲਾਈ 'ਤੇ ਆਪਣਾ ਡਿਜ਼ਾਈਨ ਬਣੇਗਾ। ਪਹਿਲਾ ਕੁੰਡਾ ਬਿਨਾਂ ਬੁਣੇ ਉਤਾਰ ਲੈਣਾ। ਅਗਲੇ ਦੋ ਕੁੰਡੇ ਸਿੱਧੇ। ਫਰੈਂਡਸ, ਇਹ ਜਿਹੜੇ ਦੋ ਕੁੰਡੇ ਹੈ ਇਹਨਾਂ 'ਤੇ ਆਪਣਾ ਡਿਜ਼ਾਈਨ ਬਣਨਾ। ਇਹ ਅਗਲਾ ਕੁੰਡਾ ਵੀ ਆਪਾਂ ਸਿੱਧਾ ਬੁਣ ਲੈਣਾ। ਇਹ ਦੋ ਕੁੰਡਿਆਂ ਦੇ ਸੈਂਟਰ 'ਚੋਂ ਇਹ ਦੋ ਵੱਲ ਛੱਡ ਕੇ ਇੱਥੋਂ ਆਪਾਂ ਸਿਲਾਈ ਨੂੰ ਅੰਦਰ ਲੈ ਕੇ ਇੱਥੋਂ ਇੱਕ ਕੁੰਡਾ ਬਣਾਉਣਾ। ਫਿਰ ਅਗਲਾ ਕੁੰਡਾ ਸਿੱਧਾ ਬੁਣ ਲੈਣਾ। ਕੁੰਡਾ ਆਪਾਂ ਜਦੋਂ ਬਣਾਉਣਾ ਉਹਨੂੰ ਥੋੜ੍ਹਾ ਜਿਹਾ ਲੂਜ਼ ਰੱਖਣਾ। ਇਹ ਕੁੰਡਾ ਬੁਣਨ ਤੋਂ ਬਾਅਦ ਫਿਰ ਇੱਕ ਕੁੰਡਾ ਜਿੱਥੋਂ ਆਪਾਂ ਪਹਿਲਾਂ ਕੁੰਡਾ ਬਣਾਇਆ, ਕੁੰਡਾ ਬੁਣਨ ਤੋਂ ਪਹਿਲਾਂ ਫਿਰ ਇੱਕ ਕੁੰਡਾ ਫਿਰ ਆਪਾਂ ਇੱਥੋਂ ਇੱਕ ਹੋਰ ਬਣਾਵਾਂਗੇ। ਇਸ ਤਰ੍ਹਾਂ ਫਰੈਂਡਸ ਆਪਣੇ ਦੋ ਕੁੰਡੇ ਇਸ ਤਰ੍ਹਾਂ ਬਣਾਉਣੇ ਹੈ। ਫਿਰ ਅਗਲੇ ਪੂਰੇ ਡਿਜ਼ਾਈਨ ਪਹਿਲੇ ਤੀਸਰੀ ਸਿਲਾਈ 'ਚ ਡਿਜ਼ਾਈਨ ਦੀ ਆਪਾਂ ਇਹ ਚਾਰ ਕੁੰਡਿਆਂ ਨੂੰ ਪੂਰੀ ਸਿਲਾਈ 'ਚ ਰਿਪੀਟ ਕਰਨਾ। ਇੱਕ, ਦੋ, ਤਿੰਨ ਕੁੰਡੇ ਸਿੱਧੇ ਪਾ ਲੈਣੇ। ਫਿਰ ਇਹ ਇੱਕ, ਦੋ, ਇਹ ਦੋ ਵੱਲ ਛੱਡ ਕੇ ਇੱਥੋਂ ਆਪਾਂ ਸਿਲਾਈ ਨੂੰ ਅੰਦਰ ਲੈ ਕੇ ਇੱਕ ਇਸ ਤਰ੍ਹਾਂ ਕੁੰਡਾ ਬਣਾਉਣਾ, ਕੁੰਡਾ ਲੂਜ਼ ਰੱਖਣਾ। ਫਿਰ ਅਗਲੇ ਕੁੰਡੇ ਨੂੰ ਆਪਾਂ ਸਿੱਧਾ ਬੁਣ ਲੈਣਾ। ਫਿਰ ਇੱਥੋਂ ਇੱਕ ਹੋਰ ਕੁੰਡਾ ਉਹੀ ਜਗ੍ਹਾ ਤੋਂ ਜਿੱਥੋਂ ਪਹਿਲਾਂ ਬਣਾਇਆ, ਇੱਕ ਕੁੰਡੇ ਨੂੰ ਇੱਥੋਂ ਇੱਕ ਹੋਰ ਬਣਾਵਾਂਗੇ। ਫਿਰ ਅਗਲੇ ਦੋ ਕੁੰਡੇ ਸਿੱਧੇ, ਇਹ ਕੁੰਡੇ ਨੂੰ ਫਿਰ ਅਗਲੇ ਨੂੰ ਸਿੱਧਾ ਬੁਣ ਲੈਣਾ। ਫਿਰ ਇੱਥੋਂ ਸੈਂਟਰ 'ਚੋਂ ਦੋ ਲੂਪ ਇਹ ਛੱਡ ਕੇ ਦੋ ਵੱਲ ਇੱਥੋਂ ਇੱਕ ਲੂਪ ਬਣਾਉਣਾ ਆਪਾਂ। ਇਹ ਦੇਖੋ, ਇੱਕ ਕੁੰਡਾ ਇਸ ਤਰ੍ਹਾਂ ਬਣਾ ਲਿਆ। ਕੁੰਡੇ ਨੂੰ ਅਗਲੇ ਨੂੰ ਸਿੱਧਾ ਬੁਣ ਲੈਣਾ। ਫਿਰ ਇੱਥੋਂ ਹੀ ਫਿਰ ਆਪਾਂ ਇੱਕ ਵਾਰੀ ਫਿਰ ਇੱਥੋਂ ਸਿਲਾਈ ਨੂੰ ਇੱਥੋਂ ਕੱਢ ਕੇ ਇੱਕ ਕੁੰਡਾ ਇੱਕ ਲੂਪ ਹੋਰ ਬਣਾਵਾਂਗੇ। ਅਗਲੇ ਦੋ ਕੁੰਡੇ ਸਿੱਧੇ, ਇਹ ਲਾਸਟ ਵਾਲੇ ਕੁੰਡੇ ਨੂੰ ਵੀ ਸਿੱਧਾ ਬੁਣ ਲਾਂਗੇ। ਡਿਜ਼ਾਈਨ ਦੀ ਤੀਸਰੀ ਸਿਲਾਈ ਆਪਣੀ ਬਣ ਕੇ ਕੰਪਲੀਟ ਹੈ। ਡਿਜ਼ਾਈਨ ਦੀ ਚੌਥੀ ਸਿਲਾਈ 'ਤੇ ਹਾਂ। ਪਹਿਲਾ ਕੁੰਡਾ ਬਿਨਾਂ ਬੁਣੇ ਉਤਾਰ ਲਿਆ, ਅਗਲੇ ਦੋ ਕੁੰਡੇ ਉਲਟੇ। ਫਿਰ ਫਰੈਂਡਸ, ਇਹ ਜਿਹੜੇ ਆਪਣੇ ਦੋ ਕੁੰਡੇ ਵਧੇ ਸੀਗੇ, ਆਪਾਂ ਦੋ ਬਣਾਏ ਸੀ ਕੁੰਡੇ, ਇਹ ਦੋ ਕੁੰਡਿਆਂ ਦਾ ਹੁਣ ਆਪਾਂ ਇੱਕ ਕੁੰਡਾ ਇੱਥੇ ਕਰ ਦਿੱਤਾ, ਫਿਰ ਅਗਲੇ ਦੋ ਕੁੰਡਿਆਂ ਦਾ ਫਿਰ ਇੱਕ ਕੁੰਡਾ ਕਰਤਾ। ਜਿਹੜੇ ਆਪਣੇ ਦੋ ਕੁੰਡੇ ਵਧੇ ਹੈ ਉਹ ਘੱਟ ਗਏ ਨੇ, ਕੁੰਡੇ ਆਪਣੇ ਬਰਾਬਰ ਹੋ ਗਏ ਹੈ। ਪੂਰੀ ਸਿਲਾਈ 'ਚ ਇਹ ਡਿਜ਼ਾਈਨ ਨੂੰ ਆਪਾਂ ਰਿਪੀਟ ਕਰਨਾ। ਦੋ ਕੁੰਡਿਆਂ ਦਾ ਇੱਕ ਕੁੰਡਾ ਕਰ ਦੇਣਾ, ਜਿਹੜੇ ਦੋ ਕੁੰਡੇ ਆਪਣੇ ਵਧੇ ਹੈ
वो अपने इत्थे कट जाने है, अगले दो कुंडे फिर उल्टे। देखो फ्रेंड्स कितना सौखा डिज़ाइन है, बन के बहुत सोहना लगता है। देखो डिज़ाइन दी अपनी चार सिलाइया बन के कंप्लीट है। हुण फिर आपां सीधी उल्टी सिलाई पावांगे। जो ये चार सिलाइया नूं बार बार रिपीट करना है तो अपना डिज़ाइन बन के देखो इस तरह का लगता है। तुसीं इहनूं एक बार ट्राई जरूर करना। मेरी वीडियो नूं देखण लई तुहाडा बहुत बहुत धन्यवाद।